ਰੁਬੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਮਗੇਤਰ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਹੈ। ਉਸਨੇ ਆਪਣੇ ਇੰਸਟਾਗ੍ਰਾਮ ਤੇ ਅਕਾਊਂਟ ਤੇ ਲਿਖਿਆ ਹੈ, ਗੁਰਬਖਸ਼ ਚਹਿਲ ਨੇ 23 ਅਕਤੂਬਰ 2021 ਨੂੰ ਮੈਨੂੰ ਪ੍ਰਪੋਜ਼ ਕੀਤਾ। ਉਹ ਦਿਨ ਜਾਦੂ ਹੀ ਭਰਿਆ ਸੀ ਅਤੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਮੌਸਮ ਵੀ ਸਾਡੇ ਹੱਕ ਵਿੱਚ ਸੀ। ਇਹ ਦਿਨ ਮੈਨੂੰ ਜ਼ਿੰਦਗੀ ਭਰ ਯਾਦ ਰਹੇਗਾ। ਆਈ ਲਵ ਯੂ। ਇਸੇ ਨਾਲ ਹੀ ਰੁਬੀਨਾ ਬਾਜਵਾ ਨੇ ਲਿਖਿਆ, ਰੁਬੀਨਾ ਬਾਜਵਾ ਜਲਦ ਹੀ ਸ਼੍ਰੀਮਤੀ ਰੁਬੀਨਾ ਚਹਿਲ ਹੋ ਜਾਵੇਗੀ। ਰੁਬੀਨਾ ਬਾਜਵਾ ਦੀ ਮੰਗਣੀ 23 ਅਕਤੂਬਰ ਨੂੰ ਹੋਈ ਸੀ ਅਤੇ ਜਿਸ ਤੋਂ ਬਾਅਦ ਰੁਬੀਨਾ ਲਗਾਤਾਰ ਆਪਣੀ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰ ਰਹੀ ਹੈ। ਜਲਦ ਹੀ ਅਦਾਕਾਰਾ ਗੁਰਬਖਸ਼ ਚਹਿਲ ਦੇ ਨਾਲ ਵਿਆਹ ਬੰਧਨ 'ਚ ਬੱਧ ਜਾਏਗੀ।